ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਜਸਮੀਤ ਭਾਟੀਆ, ਡਾਇਰੈਕਟਰ ਲੈਂਡਮਾਰਕ ਇਮੀਗ੍ਰੇਸ਼ਨ। ਜਿਵੇਂ ਕਿ ਬਹੁਤ ਹੀ ਕਨਫਿਊਜ਼ਨ ਚੱਲੀ ਹੋਈ ਹੈ ਪੀਅਰਸਨ ਟੈਸਟ ਆਫ ਇੰਗਲਿਸ਼ ਦੀ, ਅੱਜ ਕੱਲ੍ਹ ਸਟੂਡੈਂਟ ਬਹੁਤ ਕਨਫਿਊਜ਼ਡ ਹੈ। ਜਿਨ੍ਹਾਂ ਨੇ PTE ਕੀਤੀ ਹੋਈ ਹੈ ਉਹਨਾਂ ਨੂੰ ਲੱਗ ਰਿਹਾ ਕਿ ਉਹਨਾਂ ਦਾ ਕੈਨੇਡਾ ਜਾਣ ਦਾ ਸੁਪਨਾ ਟੁੱਟ ਗਿਆ। ਇਹ 'ਚ ਕਿੰਨੀ ਸੱਚਾਈ ਹੈਗੀ ਹੈ, ਅੱਜ ਇਸ ਵੀਡੀਓ ਦੇ ਵਿੱਚ ਆਪਾਂ ਇਹੀ ਡਿਸਕਸ ਕਰਾਂਗੇ। ਸਟੂਡੈਂਟਸ, ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ PTE ਇਜ਼ ਸਟਿਲ ਐਕਸੈਪਟੇਬਲ ਅੰਡਰ ਨੋਨ SDS ਕੈਟੇਗਰੀ। ਬਹੁਤ ਸਾਰੀ ਨਿਊਜ਼ ਸਟੂਡੈਂਟਸ ਦੇਖ ਰਹੇ ਹੈ, ਬਹੁਤ ਸਾਰੇ ਯੂਟਿਊਬ 'ਤੇ ਬਹੁਤ ਤਰ੍ਹਾਂ ਦੀ ਨਿਊਜ਼ ਚੱਲ ਰਹੀ ਹੈ, ਬਟ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ ਨਿਊਜ਼ ਓਨੀ ਦੇਖੋ ਜਿੰਨੀ ਤੁਹਾਡੇ ਲਈ ਯੂਜ਼ਫੁੱਲ ਹੋਵੇ। ਸੋ ਜਿਹੜੀ ਅਨਯੂਜ਼ਫੁੱਲ, ਜਿਹੜੀ ਤੁਹਾਡੇ ਲਈ ਯੂਜ਼ਫੁੱਲ ਇਨਫੋਰਮੇਸ਼ਨ ਨਹੀਂ ਹੈਗੀ, ਉਹ ਤੁਹਾਡੇ ਕਿਸੇ ਕੰਮ ਦੀ ਨਹੀਂ ਹੈਗੀ। ਸੋ PTE ਇਜ਼ ਐਕਸੈਪਟੇਬਲ ਅੰਡਰ ਨੋਨ SDS ਕੈਟੇਗਰੀ। ਕੁਛ ਕਾਲਜਿਸ ਦੀ ਰਿਕੁਆਇਰਮੈਂਟ 52 ਹੈ, ਕੁਛ ਕਾਲਜਿਸ ਦੀ ਰਿਕੁਆਇਰਮੈਂਟ 54 ਹੈ, ਕੁਛ ਕਾਲਜਿਸ ਦੀ ਰਿਕੁਆਇਰਮੈਂਟ 59 ਹੈ, ਔਰ ਕੁਛ ਪੋਸਟ ਗ੍ਰੈਜੂਏਟ ਪ੍ਰੋਗਰਾਮਸ ਦੀ ਰਿਕੁਆਇਰਮੈਂਟ 63 ਵੀ ਹੈਗੀ ਹੈ। ਸੋ PTE ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਕੈਨੇਡੀਅਨ ਕਾਲਜ 'ਚ, ਕੈਨੇਡੀਅਨ ਯੂਨੀਵਰਸਿਟੀ ਵਿੱਚ, ਔਰ ਕੈਨੇਡਾ ਦਾ ਵੀਜ਼ਾ ਵੀ ਅੰਡਰ ਨੋਨ SDS ਕੈਟੇਗਰੀ। ਸੋ ਜਿੰਨੇ ਵੀ ਸਟੂਡੈਂਟਸ ਕੈਨੇਡਾ ਜਾਣਾ ਚਾਹੁੰਦੇ ਆ ਆਉਣ ਵਾਲੇ ਇਨਟੇਕਸ ਲਈ, ਜਨਵਰੀ ਇਨਟੇਕ, ਮੇ ਇਨਟੇਕ ਅੱਜ ਦੀ ਡੇਟ 'ਚ ਓਪਨ ਹੈ, ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਕੁਛ ਕਾਲਜਿਸ ਨੇ ਆਪਣੇ ਜਨਵਰੀ ਇਨਟੇਕ ਕਲੋਜ਼ ਕਰਤੇ ਨੇ। ਬਹੁਤ ਹੀ ਇੰਪੋਰਟੈਂਟ ਕਾਲਜਿਸ ਹੈਗੇ ਕਈ ਜਿਨ੍ਹਾਂ ਨੇ ਆਪਣੇ ਜਨਵਰੀ ਇਨਟੇਕ ਕਲੋਜ਼ ਕਰਤੇ ਨੇ, ਕਿਉਂਕਿ ਪ੍ਰੋਗਰਾਮਸ ਆਰ ਨੋਟ ਅਵੇਲੇਬਲ, ਕਿਉਂਕਿ ਸੀਟਾਂ ਭਰ ਚੁੱਕੀਆਂ, ਕਿਉਂਕਿ ਬਹੁਤ ਸਾਰੇ ਬੱਚੇ ਟੈਫਰ ਲੈ ਗਏ। ਤੁਸੀਂ ਸਮਝੋ, ਆਪਾਂ ਨੂੰ ਬਹੁਤ ਇੰਪੋਰਟੈਂਟ ਹੈ ਕਿ ਅਗਲੇ ਇਨਟੇਕ 'ਚ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਯਾਨੀ ਕਿ ਜਨਵਰੀ ਇਨਟੇਕ ਜਿਹਦੀ ਪੂਰੀ ਸੰਭਾਵਨਾ ਹੈਗੀ ਹੈ ਕਿ ਆਫਲਾਈਨ ਲੱਗੇਗਾ ਜਨਵਰੀ ਇਨਟੇਕ, ਪੂਰੀ ਸੰਭਾਵਨਾ ਹੈਗੀ ਹੈ ਕਿ ਕਲਾਸਾਂ ਰੈਗੂਲਰ ਹੋਣਗੀਆਂ, ਪੂਰੀ ਸੰਭਾਵਨਾ ਹੈਗੀ ਹੈ ਕਿ ਸਟੂਡੈਂਟਸ ਕੈਨੇਡਾ ਪਹੁੰਚ ਸਕਣਗੇ ਜਨਵਰੀ ਇਨਟੇਕ ਦੀਆਂ ਕਲਾਸਾਂ ਲਾਉਣ ਲਈ। ਸੋ ਜੇ ਤੁਸੀਂ ਜਨਵਰੀ ਇਨਟੇਕ 'ਚ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਮੇ ਇਨਟੇਕ 'ਚ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਮੈਨੂੰ ਲੱਗਦਾ ਕਿ ਇਹ ਰਾਈਟ ਟਾਈਮ ਹੈਗਾ। ਈਵਨ ਜਿਹੜਾ VFS ਨੇ ਆਪਣਾ ਟਾਈਮ ਚੇਂਜ ਕਰਤਾ, ਟਾਈਮ ਫਰੇਮ ਫੋਰ ਸਟੂਡੈਂਟ ਵੀਜ਼ਾ, ਦੈਟ ਇਜ਼ ਨਾਓ 20 weeks, ਦੈਟ ਮੀਨਸ 5 ਮਹੀਨੇ 'ਚ ਉਹ ਵੀਜ਼ਾ ਦੇਣਗੇ ਇੱਕ ਸਟੂਡੈਂਟ ਨੂੰ। ਸੋ ਜੇ ਤੁਸੀਂ ਜਨਵਰੀ ਜਾਣਾ ਚਾਹੁੰਦੇ ਹੋ, ਤੁਸੀਂ ਆਪਣੀ ਫਾਈਲ ਲੌਂਚ ਨਹੀਂ ਕੀਤੀ, ਤਾਂ ਤੁਸੀਂ ਆਲਰੇਡੀ ਲੇਟ ਹੋ। ਸੋ ਪਲੀਜ਼ ਸਟੂਡੈਂਟਸ, ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਬਹੁਤ ਸਾਰੇ ਸਟੂਡੈਂਟਸ ਅੱਜ ਦੀ ਡੇਟ 'ਚ ਕਨਫਿਊਜ਼ ਹੈ, ਡਿਸਾਈਡ ਨਹੀਂ ਕਰ ਪਾ ਰਹੇ ਕਿ ਮੈਂ ਕਿਹੜੇ ਇਨਟੇਕ 'ਚ ਅਪਲਾਈ ਕਰਨਾ। ਮੈਂ ਉਹਨਾਂ ਸਾਰੇ ਸਟੂਡੈਂਟਸ ਨੂੰ ਐਡਵਾਈਸ ਕਰਨਾ ਚਾਹਾਂਗਾ ਕਿ ਜਨਵਰੀ ਐਂਡ ਮੇ ਸਟਿਲ ਓਪਨ ਹੈਗੇ ਹੈ, ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਸਪੋਜ਼ ਸਿਚੁਏਸ਼ਨ ਨੋਰਮਲ ਹੋ ਜਾਂਦੀ ਹੈ, ਸਪੋਜ਼ ਨੈਕਸਟ ਮੰਥ ਫਲਾਈਟਸ ਓਪਨ ਹੋ ਜਾਂਦੀ ਹੈ, AIPs ਬਹੁਤ ਵੱਡੇ ਪੱਧਰ 'ਤੇ ਆਉਣੇ ਸ਼ੁਰੂ ਹੋ ਜਾਂਦੇ ਹੈ, ਤੁਹਾਨੂੰ ਲੱਗਦਾ ਕਿ ਤੁਹਾਨੂੰ ਨੈਕਸਟ ਇਨਟੇਕ 'ਚ ਐਡਮਿਸ਼ਨ ਮਿਲੇਗੀ? ਨਹੀਂ, ਬਹੁਤ ਮੁਸ਼ਕਿਲ ਹੋ ਜਾਣਗੀ ਸੀਟ ਮਿਲਣੀ, ਕਿਉਂਕਿ ਜਿਹੜਾ ਬੈਕਲੌਗ ਕ੍ਰੀਏਟ ਹੋ ਗਿਆ COVID-19 ਦੇ ਨਾਲ, ਬਹੁਤ ਸਾਰੇ ਸਟੂਡੈਂਟਸ ਜਿਹੜੇ ਜਾਣਾ ਚਾਹੁੰਦੇ ਸੀ, ਕੋਈ ਹਲੇ ਸੋਚ ਰਹੇ ਹੈ, ਕੋਈ ਡਿਸਾਈਡ ਕਰ ਰਹੇ ਹੈ, ਪਰ ਜਦੋਂ ਸਿਚੁਏਸ਼ਨ ਨੋਰਮਲ ਹੋ ਜਾਏਗੀ ਤਾਂ ਇੱਕਦਮ ਸਾਰੇ ਸਟੂਡੈਂਟਸ ਅਪਲਾਈ ਕਰਨਗੇ। ਸੋ ਸਟੂਡੈਂਟਸ, PTE ਦੀ ਕਨਫਿਊਜ਼ਨ ਆਪਣੇ ਮਨ 'ਚੋਂ ਕੱਢ ਦਿਓ, PTE ਇਜ਼ ਐਕਸੈਪਟੇਬਲ, ਜਨਵਰੀ ਇਨਟੇਕ ਇਜ਼ ਓਪਨ, ਮਈ 2021 ਇਨਟੇਕ ਇਜ਼ ਓਪਨ, ਔਰ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਆਈਲੈਟਸ ਕੀਤੀ ਹੋਈ ਹੈ ਜਾਂ ਪਹਿਲਾਂ ਰਿਫਿਊਜ਼ਲ ਸੀ, ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ, ਆਈ ਫੀਲ ਦਿਸ ਇਜ਼ ਦ ਰਾਈਟ ਟਾਈਮ ਟੂ ਅਪਲਾਈ ਯੋਰ ਕੇਸ। ਔਰ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਲੈਂਡਮਾਰਕ ਦੀ ਐਕਸਪਰਟ ਟੀਮ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ 90413-90412 'ਤੇ। ਮੈਨੂੰ ਪਰਸਨਲੀ ਮਿਲਣਾ ਚਾਹੁੰਦੇ ਹੋ, ਅਪੁਆਇੰਟਮੈਂਟ ਲੈ ਕੇ ਮਿਲ ਸਕਦੇ ਹੋ, ਜਾਂ ਫਿਰ info@landmarkimmigration.com 'ਤੇ ਆਪਣੇ ਡਾਕੂਮੈਂਟਸ ਭੇਜ ਕੇ ਅਸੈਸਮੈਂਟ ਕਰਾ ਸਕਦੇ ਹੋ। ਸੋ ਸਟੂਡੈਂਟਸ, ਯੂ ਆਰ ਆਲ ਵੈਲਕਮ ਟੂ ਅਪਲਾਈ ਫੋਰ ਅਪਕਮਿੰਗ ਇਨਟੇਕਸ। ਇਫ ਯੂ ਹੈਵ ਐਨੀ ਕਨਫਿਊਜ਼ਨ, ਯੂ ਕੈਨ ਕੰਟੈਕਟ ਅਸ ਡਾਇਰੈਕਟਲੀ। ਥੈਂਕ ਯੂ ਸੋ ਮਚ।